ਹੁਣੇ ਹੁਣੇ ਇੱਕ ਭਿਆਨਕ ਵੱਡਾ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਬੱਸ ਪੁਲ ਤੋਂ ਹੇਠਾਂ ਡਿੱਗੀ ਹੈ। 40 ਤੋਂ 50 ਦੇ ਕਰੀਬ ਕਿਹਾ ਜਾ ਰਿਹਾ ਕਿ ਯਾਤਰੀ ਇਸ ਦੇ ਵਿੱਚ ਸਵਾਰ ਸੀ, ਜਿਸ ਦੇ ਵਿੱਚੋਂ 5 ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ। ਤਾਂ ਵੱਡਾ ਹਾਦਸਾ ਵਾਪਰਿਆ, ਪੁਲ ਤੋਂ ਇੱਕ ਬੱਸ ਹੇਠਾਂ ਡਿੱਗੀ ਹੈ। ਤੇਜ਼ ਰਫਤਾਰ ਇਸ ਦੀ ਦੱਸਿਆ ਜਾ ਰਿਹਾ ਸੀ, ਅਚਾਨਕ ਹੀ ਬੇਕਾਬੂ ਹੋ ਜਾਂਦੀ ਹੈ। ਬੇਕਾਬੂ ਹੁੰਦੇ ਹੋਏ ਪੁਲ ਦੀ ਰੇਲਿੰਗ ਨੂੰ ਤੋੜਦੀ ਹੋਈ ਇਹ ਸਿੱਧਾ ਹੀ ਆ ਕੇ ਜ਼ਮੀਨ ਦੇ ਉੱਤੇ ਡਿੱਗ ਜਾਂਦੀ ਹੈ, ਜਿਸ ਦੇ ਕਾਰਨ 5 ਲੋਕਾਂ ਦੀ ਦਰਦਨਾਕ ਮੌਤ ਹੋਈ ਹੈ, ਜਦਕਿ 35 ਤੋਂ ਵੱਧ ਜੋ ਯਾਤਰੀ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿਨ੍ਹਾਂ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਇੱਕ ਤੇਜ਼ ਰਫਤਾਰ ਬੱਸ ਪੁਲ ਤੋਂ ਹੇਠਾਂ ਡਿੱਗੀ ਹੈ, ਜਿਸ ਦੇ ਕਾਰਨ 5 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਫਿਲਹਾਲ ਮੌਕੇ ਦੇ ਉੱਤੇ ਰੈਸਕਿਊ ਆਪਰੇਸ਼ਨ ਚਲਾਇਆ ਗਿਆ, ਪੁਲਿਸ ਦੀਆਂ ਟੀਮਾਂ ਮੌਕੇ ਦੇ ਉੱਤੇ ਪਹੁੰਚੀਆਂ ਨੇ ਤੇ ਰੈਸਕਿਊ ਆਪਰੇਸ਼ਨ ਕਰਕੇ ਜੋ ਸਵਾਰੀਆਂ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾ ਰਿਹਾ। ਤਾਂ ਵੱਡੀ ਖਬਰ ਉੜੀਸਾ ਤੋਂ ਸਾਹਮਣੇ ਆਈ ਹੈ, ਉੜੀਸਾ ਦੇ ਜਾਜਪੁਰ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਕਿ ਇੱਕ ਸਵਾਰੀਆਂ ਦੇ ਨਾਲ ਭਰੀ ਹੋਈ ਇਹ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ, ਪੁਲ ਤੋਂ ਹੇਠਾਂ ਡਿੱਗ ਜਾਂਦੀ ਹੈ। ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਬੱਸ ਹੈ ਉਸਦੇ ਪਰ ਖੱਚੇ ਉੱਡੇ ਪਏ ਨੇ। ਦੂਜੇ ਪਾਸੇ ਮੌਕੇ ਦੇ ਉੱਤੇ ਚੀਕ ਚਿਹਾੜਾ ਵੀ ਇਸਦੇ ਵਿੱਚ ਸਾਫ਼ ਸੁਣਾਈ ਦੇ ਸਕਦਾ ਹੈ। ਤਾਂ ਦੱਸ ਦਈਏ ਕਿ ਇੱਕ ਭਿਆਨਕ ਸੜਕ ਹਾਦਸਾ ਉੜੀਸਾ ਦੇ ਵਿੱਚ ਵਾਪਰਿਆ, ਜਿੱਥੇ ਕਿ ਪੁਲ ਤੋਂ ਹੇਠਾਂ ਇਹ ਬੱਸ ਡਿੱਗੀ ਹੈ। ਦੂਜੇ ਪਾਸੇ ਪੁਲਿਸ ਹੁਣ ਮੌਕੇ ਦੇ ਉੱਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਆਖਰ ਐਡਾ ਵੱਡਾ ਭਿਆਨਕ ਹਾਦਸਾ ਵਾਪਰਿਆ ਕਿਵੇਂ ਹੈ, ਕੀ ਡਰਾਈਵਰ ਦੀ ਕੋਈ ਗਲਤੀ ਹੈ, ਕਿਆ ਡਰਾਈਵਰ ਨੂੰ ਕੋਈ ਨੀਂਦ ਦੀ ਝਪਕੀ ਆਈ ਜਾਂ ਫਿਰ ਨਸ਼ੇ ਦੀ ਹਾਲਤ ਦੇ ਵਿੱਚ ਸੀ ਡਰਾਈਵਰ, ਤਾਂ ਇਸ ਦੀ ਜਾਂਚ ਹੁਣ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਤਾਂ ਵੱਡੀ ਖਬਰ ਉੜੀਸਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਬੱਸ ਸਵਾਰੀਆਂ ਦੇ ਨਾਲ ਭਰੀ ਹੋਈ ਸੀ ਜੋ ਕਿ ਅਚਾਨਕ ਹੀ ਪੁਲ ਤੋਂ ਹੇਠਾਂ ਡਿੱਗ ਜਾਂਦੀ ਹੈ। ਦੇਖਿਏ, ਇੱਕ ਬੱਸ ਜੋ ਹੈ ਉਹ ਪੁਰੀ ਸੇ ਵੈਸਟ ਬੰਗਾਲ ਦੀ ਤਰਫ ਜਾ ਰਹੀ ਸੀ, ਉਸ ਬੱਸ ਕੇ ਸਾਥ ਹੀ ਦੁਰਘਟਨਾ ਘਟੀ ਹੈ। ਅਨੁਮਾਨ ਕਿਹਾ ਜਾ ਰਿਹਾ ਹੈ ਕਿ ਬੱਸ ਮੈਂ 42 ਸੇ 43 ਯਾਤਰੀ ਥੇ, ਇਸਮੇਂ ਸੇ ਕਰੀਬ 35 ਲੋਕੋ ਕੋ SCB ਕਟਕ ਕੋ ਰੈਫਰ ਕਿਹਾ ਜਾ ਚੁੱਕਾ ਹੈ, ਐਂਡ ਅਭੀ ਤੱਕ ਜੋ ਜਾਣਕਾਰੀ ਮਿਲੀ ਹੈ ਉਸਮੇਂ 5 ਲੋਕੋ ਕੀ ਮ੍ਰਿਤਯੂ ਕੀ ਘਟਨਾ ਪਤਾ ਚਲਾ ਹੈ। ਹੁਣੇ ਹੁਣੇ ਇੱਕ ਭਿਆਨਕ ਵੱਡਾ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਬੱਸ ਪੁਲ ਤੋਂ ਹੇਠਾਂ ਡਿੱਗੀ ਹੈ। 40 ਤੋਂ 50 ਦੇ ਕਰੀਬ ਕਿਹਾ ਜਾ ਰਿਹਾ ਕਿ ਯਾਤਰੀ ਇਸ ਦੇ ਵਿੱਚ ਸਵਾਰ ਸੀ, ਜਿਸ ਦੇ ਵਿੱਚੋਂ 5 ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ। ਤਾਂ ਵੱਡਾ ਹਾਦਸਾ ਵਾਪਰਿਆ, ਪੁਲ ਤੋਂ ਇੱਕ ਬੱਸ ਹੇਠਾਂ ਡਿੱਗੀ ਹੈ। ਤੇਜ਼ ਰਫਤਾਰ ਇਸ ਦੀ ਦੱਸਿਆ ਜਾ ਰਿਹਾ ਸੀ, ਅਚਾਨਕ ਹੀ ਬੇਕਾਬੂ ਹੋ ਜਾਂਦੀ ਹੈ। ਬੇਕਾਬੂ ਹੁੰਦੇ ਹੋਏ ਪੁਲ ਦੀ ਰੇਲਿੰਗ ਨੂੰ ਤੋੜਦੀ ਹੋਈ ਇਹ ਸਿੱਧਾ ਹੀ ਆ ਕੇ ਜ਼ਮੀਨ ਦੇ ਉੱਤੇ ਡਿੱਗ ਜਾਂਦੀ ਹੈ, ਜਿਸ ਦੇ ਕਾਰਨ 5 ਲੋਕਾਂ ਦੀ ਦਰਦਨਾਕ ਮੌਤ ਹੋਈ ਹੈ, ਜਦਕਿ 35 ਤੋਂ ਵੱਧ ਜੋ ਯਾਤਰੀ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿਨ੍ਹਾਂ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਇੱਕ ਤੇਜ਼ ਰਫਤਾਰ ਬੱਸ ਪੁਲ ਤੋਂ ਹੇਠਾਂ ਡਿੱਗੀ ਹੈ, ਜਿਸ ਦੇ ਕਾਰਨ 5 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਫਿਲਹਾਲ ਮੌਕੇ ਦੇ ਉੱਤੇ
ਰੈਸਕਿਊ ਆਪਰੇਸ਼ਨ ਚਲਾਇਆ ਗਿਆ। ਪੁਲਿਸ ਦੀਆਂ ਟੀਮਾਂ ਮੌਕੇ ਦੇ ਉੱਤੇ ਪਹੁੰਚੀਆਂ ਨੇ ਤੇ ਰੈਸਕਿਊ ਆਪਰੇਸ਼ਨ ਕਰਕੇ ਜੋ ਸਵਾਰੀਆਂ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾ ਰਿਹਾ। ਤਾਂ ਵੱਡੀ ਖਬਰ ਉੜੀਸਾ ਤੋਂ ਸਾਹਮਣੇ ਆਈ ਹੈ। ਉੜੀਸਾ ਦੇ ਜਾਜਪੁਰ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਕਿ ਇੱਕ ਸਵਾਰੀਆਂ ਦੇ ਨਾਲ ਭਰੀ ਹੋਈ ਇਹ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ, ਪੁਲ ਤੋਂ ਹੇਠਾਂ ਡਿੱਗ ਜਾਂਦੀ ਹੈ। ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਬੱਸ ਹੈ ਉਸਦੇ ਪਰ ਖੱਚੇ ਉੱਡੇ ਪਏ ਨੇ। ਦੂਜੇ ਪਾਸੇ ਮੌਕੇ ਦੇ ਉੱਤੇ ਚੀਕ ਚਿਹਾੜਾ ਵੀ ਇਸਦੇ ਵਿੱਚ ਸਾਫ਼ ਸੁਣਾਈ ਦੇ ਸਕਦਾ ਹੈ। ਤਾਂ ਦੱਸ ਦਈਏ ਕਿ ਇੱਕ ਭਿਆਨਕ ਸੜਕ ਹਾਦਸਾ ਉੜੀਸਾ ਦੇ ਵਿੱਚ ਵਾਪਰਿਆ ਜਿੱਥੇ ਕਿ ਪੁਲ ਤੋਂ ਹੇਠਾਂ ਇਹ ਬੱਸ ਡਿੱਗੀ ਹੈ। ਦੂਜੇ ਪਾਸੇ ਪੁਲਿਸ ਹੁਣ ਮੌਕੇ ਦੇ ਉੱਤੇ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਆਖਰ ਐਡਾ ਵੱਡਾ ਭਿਆਨਕ ਹਾਦਸਾ ਵਾਪਰਿਆ ਕਿਵੇਂ ਹੈ, ਕੀ ਡਰਾਈਵਰ ਦੀ ਕੋਈ ਗਲਤੀ ਹੈ, ਕਿਆ ਡਰਾਈਵਰ ਨੂੰ ਕੋਈ ਨੀਂਦ ਦੀ ਝਪਕੀ ਆਈ ਜਾਂ ਫਿਰ ਨਸ਼ੇ ਦੀ ਹਾਲਤ ਦੇ ਵਿੱਚ ਸੀ ਡਰਾਈਵਰ, ਤਾਂ ਇਸ ਦੀ ਜਾਂਚ ਹੁਣ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਤਾਂ ਵੱਡੀ ਖਬਰ ਉੜੀਸਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਬੱਸ ਸਵਾਰੀਆਂ ਦੇ ਨਾਲ ਭਰੀ ਹੋਈ ਸੀ ਜੋ ਕਿ ਅਚਾਨਕ ਹੀ ਪੁਲ ਤੋਂ ਹੇਠਾਂ ਡਿੱਗ ਜਾਂਦੀ ਹੈ। ਦੇਖੀਏ, ਇੱਕ ਬੱਸ ਜੋ ਹੈ ਉਹ ਪੁਰੀ ਸੇ ਵੈਸਟ ਬੰਗਾਲ ਦੀ ਤਰਫ ਜਾ ਰਹੀ ਸੀ, ਉਸ ਬੱਸ ਕੇ ਸਾਥ ਹੀ ਦੁਰਘਟਨਾ ਘਟੀ ਹੈ। ਅਨੁਮਾਨ ਕੀਆ ਜਾ ਰਹਾ ਹੈ ਕਿ ਬੱਸ ਮੇਂ 42 ਸੇ 43 ਯਾਤਰੀ ਥੇ, ਇਸ ਮੇਂ ਸੇ ਕਰੀਬ 35 ਲੋਗੋ ਕੋ ACB ਕਟਕ ਕੋ ਰੈਫਰ ਕੀਆ ਜਾ ਚੁਕਾ ਹੈ। ਐਂਡ ਅਭੀ ਤੱਕ ਜੋ ਜਾਣਕਾਰੀ ਮਿਲੀ ਹੈ ਉਸ ਮੇਂ 5 ਲੋਗੋ ਕੀ ਮ੍ਰਿਤਯੂ ਕੀ ਘਟਨਾ ਪਤਾ ਚਲਾ ਹੈ।